जी अस्सलाम वालेकुम, मैं वहाँ खुर्रम आज़ाद और तुसी देख रहे हो मेरा यूट्यूब चैनल नादरा। तो कुछ अपडेट आई ने कल वो थोड़े ना अज शेयर करनिया ने। पहली जी अपडेट है वो है कि गवर्नमेंट ने चेयरमैन और कौंसलर को अफाम तस्दीक करने का इख्तियार जरा वापस ले लिया। हूँ तो जो करीबी रिश्तेदार ने फार्म अटैस्ट कर सकेंगे, उस भैन भरा वा वालद वाला चाचा ताया खाला मामू यानी करीबी जो फैमिली मैंबर आ फार्म जो अटैस्ट कर सकेगा। अच्छा, अगली जी अपडेट है वो है नवे शनाख्ती कार्ड और बेफार्म के मुतलक के नवे शनाख्ती कार्ड और बेफार्म वास्ते हूँ बर्थ सर्टिफिकेट की कोई जरूरत नहीं है, जिन्हों के असी जमण पर्ची कहने वो वास्ते यानी कि नवे शनाख्ती कार्ड वास्ते ताड़ा मैट्रिक सनद पासपोर्ट और डोमिसाइल जरा होना चाहिए, वो ताड़ा नवा शनाख्ती कार्ड बन जाएगा। जबकि जो नवा बेफार्म वो वालद ते वालदा दा शनाख्ती कार्ड अदा पर्ची दे उत्ते तुसी तारीख दर्ज लिख के नादरा नूं दो ते वो तुहाडा नवा बेफार्म बन जाएगा। इहदे वास्ते गवर्नमेंट ने जिहड़ी हडल सीगी बर्थ सर्टिफिकेट दी वो खत्म करती। अच्छा, अगली जिहड़ी गलबात है वो है जी गजटड अफसर दे मुतलक कि हुण तुहानूं फार्म अटैसटेशन वास्ते गजटड अफसर को जाण दी जरूरत नहीं है, तुहाडा जिहड़ा करीबी फैमिली मैंबर आ वो तुहाडा फार्म जिहड़ा वो तसदीक कर सकदा, ਤੁਹਾਡੇ ਫਾਰਮ ਨੂੰ ਵੈਰੀਫਾਈ ਕਰ ਸਕਦਾ ਕਰੀਬੀ ਜਿਹੜਾ ਫੈਮਿਲੀ ਮੈਂਬਰ ਆ। ਜਿਸ ਤਰ੍ਹਾਂ ਪਹਿਲਾਂ ਸੀਗਾ ਦੱਸਿਆ ਮੈਂ ਕਿ ਉਸਨੇ ਹੀ ਵਾਲਦ ਵਾਲਦਾ ਜਾਂ ਚਾਚਾ ਤਾਇਆ ਜਾਂ ਭੈਣ ਭਾਈ ਤਾਂ ਜਿਹੜਾ ਫਾਰਮ ਉਹ ਟੈਸਟ ਕਰ ਸਕਦਾ। ਅੱਛਾ, ਅਗਲੀ ਜਿਹੜੀ ਅਪਡੇਟ ਹੈ ਉਹ ਹੈ ਖਾਤੀਨ ਦੇ ਨਵੇਂ ਸ਼ਨਾਖਤੀ ਕਾਰਡ ਦੇ ਮੁਤਲਕ ਕਿ ਖਾਤੀਨ ਜਿਹੜੀ ਨੇ ਆਪਣਾ ਨਵਾਂ ਸ਼ਨਾਖਤੀ ਕਾਰਡ ਬਗੈਰ ਨਿਕਾਹਨਾਮੇ ਤੋਂ ਬਣਾ ਸਕਦੀਆਂ ਨੇ। ਉਹ ਆਪਣਾ ਨਵਾਂ ਸ਼ਨਾਖਤੀ ਕਾਰਡ ਜਿਹੜਾ ਉਹ ਉਹਨਾਂ ਦਾ ਸ਼ੋਹਰ ਦੇ ਸ਼ਨਾਖਤੀ ਕਾਰਡ 'ਤੇ ਬਣ ਜਾਏਗਾ, ਸਿਰਫ 20 ਰੁਪਏ ਦੇ ਸਟਾਮ ਪੇਪਰ ਨਾਲ, ਯਾਨੀ ਕਿ 20 ਰੁਪਏ ਦਾ ਸਟਾਮ ਪੇਪਰ ਅਤੇ ਆਪਣੇ ਸ਼ੋਹਰ ਦਾ ਸ਼ਨਾਖਤੀ ਕਾਰਡ ਲਾਉਣ ਅਤੇ ਉਹਦੇ ਉੱਤੇ ਉਹਨਾਂ ਦਾ ਨਵਾਂ ਸ਼ਨਾਖਤੀ ਕਾਰਡ ਬਣ ਜਾਏਗਾ। ਉਸ ਤੋਂ ਅਗਲੀ ਅਪਡੇਟ ਇਹ ਹੈ ਜੀ ਕਿ ਕਾਰਡ ਗੁੰਮ ਹੋ ਜਾਏ ਤਾਂ ਪਹਿਲੇ FIR ਦੀ ਜ਼ਰੂਰਤ ਹੁੰਦੀ ਸੀ, ਹੁਣ FIR ਦੀ ਜ਼ਰੂਰਤ ਨਹੀਂ ਹੈ। ਅਗਰ ਤੁਹਾਡਾ ਕਾਰਡ ਗੁੰਮ ਹੋ ਜਾਏ ਅਤੇ ਉਹਦੇ ਉੱਤੇ ਬਿਆਨ ਹਲਫੀ ਗੁੰਮਸ਼ੁਦਗੀ ਦਾ ਸਟਾਮ ਪੇਪਰ ਲਾਇਆ ਜਾਏਗਾ ਅਤੇ ਤੁਹਾਡਾ ਜਿਹੜਾ ਨਵਾਂ ਸ਼ਨਾਖਤੀ ਕਾਰਡ ਜਿਹੜਾ ਉਹ ਬਣ ਜਾਏਗਾ। ਉਸ ਤੋਂ ਅਗਲੀ ਜਿਹੜੀ ਅਪਡੇਟ ਹੈ ਉਹ ਹੈ ਨਾਮ ਤਬਦੀਲੀ ਦੇ ਮੁਤਲਕ ਕਿ ਅਗਰ ਤੁਸੀਂ ਨਾਂ ਤਬਦੀਲ ਕਰਾਉਣਾ ਤਾਂ ਹੁਣ ਤੁਹਾਨੂੰ ਅਖਬਾਰ 'ਚ ਇਸ਼ਤਿਹਾਰ ਦੇਣ ਦੀ ਜ਼ਰੂਰਤ ਨਹੀਂ ਹੈ। ਪਹਿਲਾਂ ਇਸ਼ਤਿਹਾਰ ਦੇਣਾ ਪੈਂਦਾ ਸੀ, ਕਈ ਕੁਛ ਕਰਨਾ ਪੈਂਦਾ ਸੀ, ਹੁਣ ਗਵਰਨਮੈਂਟ ਨੇ ਕੰਮ ਖਤਮ ਕਰਤਾ ਕਿ ਤੁਹਾਨੂੰ ਇਸ਼ਤਿਹਾਰ ਦੇਣ ਦੀ ਕੋਈ ਜ਼ਰੂਰਤ ਨਹੀਂ ਹੈ। ਨਾਦਰਾ ਅਫਸਰ ਜਿਹੜਾ ਉਹ ਤੁਹਾਡਾ ਇੰਟਰਵਿਊ ਕਰੇਗਾ, ਤੁਹਾਡਾ ਮੁਤਲਕ ਕਮਿਟ ਦੇਗਾ ਅਤੇ ਤੁਹਾਡਾ ਨਾਮ ਉਹ ਤਬਦੀਲ ਹੋ ਜਾਏਗਾ। ਅੱਛਾ, ਉਸ ਤੋਂ ਅਗਲੀ ਜਿਹੜੀ ਅਤੇ ਆਖਰੀ ਅਪਡੇਟ ਇਹ ਆ ਔਰ ਬੜੀ ਉਹ ਅਹਿਮ ਅਪਡੇਟ ਆ ਉਹ ਹੈ ਫਾਟਾ ਦੇ ਮੁਤਲਕ ਕਿ ਪਹਿਲਾਂ ਫਾਟਾ ਦੇ ਕਿਸੇ ਬੰਦੇ ਨੇ ਫਾਟਾ ਦੇ ਕਿਸੇ ਸ਼ਹਿਰੀ ਨੇ ਅਗਰ ਸ਼ਨਾਖਤੀ ਕਾਰਡ ਬਣਾਉਣਾ ਹੁੰਦਾ ਸੀ ਉਹ ਪੋਲੀਟੀਕਲ ਏਜੰਟ ਕੋਲ ਇਜਾਜ਼ਤ ਲੈਂਦਾ ਸੀ, ਉੱਥੋਂ ਵੈਰੀਫਿਕੇਸ਼ਨ ਹਾਸਲ ਕਰਦਾ ਸੀ ਅਤੇ ਫਿਰ ਉਹਦਾ ਸ਼ਨਾਖਤੀ ਕਾਰਡ ਬਣਦਾ ਸੀ। ਹੁਣ ਉਹਨੂੰ ਐਸਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ, ਉਹ ਹੁਣ ਪਾਕਿਸਤਾਨ ਦੇ ਕਿਸੇ ਵੀ ਸ਼ਹਿਰ ਤੋਂ ਆਪਣਾ ਸ਼ਨਾਖਤੀ ਕਾਰਡ ਬਣਾ ਸਕਦਾ। ਫਾਟਾ ਦਾ ਕੋਈ ਵੀ ਸ਼ਹਿਰੀ, ਮਰਦ ਔਰਤ ਕੋਈ ਵੀ ਸ਼ਹਿਰੀ ਹੈ, ਉਹ ਪਾਕਿਸਤਾਨ ਦੇ ਕਿਸੇ ਵੀ ਸ਼ਹਿਰੀ ਤੋਂ ਹੁਣ ਆਪਣਾ ਸ਼ਨਾਖਤੀ ਕਾਰਡ ਹਾਸਲ ਕਰ ਸਕਦਾ ਔਰ ਨਵਾਂ ਸ਼ਨਾਖਤੀ ਕਾਰਡ ਆਪਣਾ ਬਣਾ ਸਕਦਾ। ਅਤੇ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਵੇ ਤਾਂ ਇਹਨੂੰ ਲਾਈਕ ਕਰੋ, ਕਮੈਂਟ ਕਰੋ ਔਰ ਸ਼ੇਅਰ ਕਰੋ। ਔਰ ਅਗਰ ਚੈਨਲ ਤੁਸੀਂ ਮੇਰਾ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨੂੰ ਸਬਸਕ੍ਰਾਈਬ ਕਰ ਲਓ। ਆਪਣਾ ਵੀ ਖਿਆਲ ਰੱਖੋ, ਨਾਲੇ ਮੇਰੇ ਚੈਨਲ ਦਾ ਵੀ। ਓਕੇ ਜੀ, ਰੱਬ ਰਾਖਾ।